ਤੁਹਾਡੇ ਬਿਆਨ ਤੋਂ ਬਾਅਦ ਸਵਾਰੀਆਂ ਨੇ ਜਿਹੜੀਆਂ ਬੱਸਾਂ ਦੇ ਵਿੱਚ ਅੱਡਿਆਂ ਦੇ ਉੱਤੇ ਰੁੜ ਰਹੀਆਂ ਨੇ, ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ 52 ਸਵਾਰੀਆਂ ਤੋਂ ਵੱਧ ਰੁੜ ਜਾਂਦੇ ਕੋਈ? ਵੇਖੋ ਮੈਂ ਤੁਹਾਨੂੰ ਦੱਸਦਾ, ਜਿਹੜੇ ਲੋਕ ਹੁੰਦੇ ਆ ਨਾ ਜਾਂ ਕੋਈ ਮੁਲਾਜ਼ਮ ਹੁੰਦਾ, ਉਹ ਜਿਹੜੀ ਕੋਈ ਮਾੜੀ ਜਿਹੀ ਨੈਗੇਟਿਵ ਗੱਲ ਹੁੰਦੀ ਉਹਨੂੰ ਚੁੱਕ ਲੈਂਦੇ ਆ। ਉਹ ਜਿਹੜਾ ਬੱਸ ਦਾ ਚਲਾਨ ਕੀਤਾ ਸੀ ਸਲੀਪਰ ਬੱਸ ਸੀ, ਉਹਦੇ ਵਿੱਚ 150-150 ਸਵਾਰੀ ਤੁੰਨ ਤੁੰਨ ਕੇ ਭਰੀ ਸੀ, ਅਤੇ ਜਿਹੜੀਆਂ 2-4-5-7 ਸਵਾਰੀਆਂ ਵੱਧ ਬਿਠਾਉਣੀਆਂ ਉਹ ਕੋਈ ਇੱਡੀ ਵੱਡੀ ਗੱਲ ਵੀ ਨਹੀਂ, ਆਪਾਂ ਨੂੰ ਅੱਡੇ ਤੋਂ ਸਵਾਰੀਆਂ ਚੁੱਕਣੀਆਂ ਪੈਂਦੀਆਂ ਹੀ ਆ। ਅਤੇ ਜਾਣ ਕੇ ਇੱਕ ਨੈਗੇਟਿਵ ਚੀਜ਼ ਨੂੰ ਚੁੱਕ ਕੇ ਆਪਾਂ ਅੱਗੇ ਲੈ ਆਉਣਾ ਜੀ, ਉਹ ਜੀ ਟਰਾਂਸਪੋਰਟ ਮੰਤਰੀ, ਮੈਂ ਤਾਂ ਕਿਤੇ ਕਿਹਾ ਹੀ ਨਹੀਂ ਗਾ ਵੀ ਜੇ ਕੋਈ 2-4-5 ਸਵਾਰੀਆਂ ਕਿਤੇ ਵੱਧ ਆ ਤਾਂ ਉਹਨਾਂ ਨੂੰ ਆਪਾਂ ਚੜਾਉਣਾ ਨਹੀਂ। ਉਹ ਤਾਂ 150 ਸਵਾਰੀ ਉਹਨੇ ਬੰਦੇ ਨੇ ਬੱਸ 'ਤੇ ਚੜ੍ਹਾਈ ਸੀ, ਅਤੇ ਜੇ ਉਹ ਬੱਸ ਕਿਤੇ ਕਿਤੇ ਹੀ ਉਹ ਰੱਬ ਨਾ ਕਰੇ ਐਕਸੀਡੈਂਟ ਹੋ ਜਾਵੇ, ਤੇ ਉਹ 150 ਜਾਨਾਂ ਦਾ ਕੌਣ ਵਾਲੀ ਵਾਰਸ ਆ? 52 ਸੀਟਾਂ ਤੋਂ ਵੱਧ ਬਿਠਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ? ਹੁਣ ਵੇਖੋ, ਜੇ ਕਿਤੇ ਕੋਈ ਲੋੜਵੰਦ ਆ, ਕੋਈ 2-4 ਬੰਦੇ ਬੈਠੇ ਅੱਗੇ ਵੀ ਤੇ ਚੜ੍ਹਦੇ ਹੀ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਗੀ। ਉਹ ਤਾਂ ਮੈਂ ਇਹ ਗੱਲ ਕਰਦਾ ਜਦੋਂ ਆਪਾਂ ਓਵਰਲੋਡ ਕਰ ਲਾਂਗੇ, ਅਸਲੋਂ ਜ਼ਿਆਦਾ ਆਪਾਂ ਜਦੋਂ ਚੜ੍ਹਾ ਲਾਂਗੇ। ਅਤੇ ਹੁਣ ਪ੍ਰੈਸ ਵਾਲੇ ਵੀਰ ਨੇ ਵੀ ਜਾਣ ਕੇ ਧਰਾ ਕੇ ਵੀ ਨੈਗੇਟਿਵ ਗੱਲ ਕੋਈ ਨਾ ਕੋਈ ਆਪਾਂ ਫੜ ਗਈ ਉਸ ਪਾਸੇ ਨੂੰ ਜਾਂਦੇ ਨੇ ਜਿੱਥੇ ਲੋਕਾਂ ਦੀ ਭਲਾਈ ਆ, ਕੋਈ ਐਮਰਜੈਂਸੀ ਹੁੰਦੀ ਆ, ਕੋਈ ਕਿਸੇ ਵੇਲੇ ਕੋਈ ਮਰੀਜ਼ ਹੁੰਦਾ ਜਾਂ ਕਿਸੇ ਨੇ ਆਪਦੀ ਮੰਜ਼ਿਲ 'ਤੇ ਛੇਤੀ ਪਹੁੰਚਣਾ ਹੁੰਦਾ, ਅਤੇ ਆਪਾਂ ਨੂੰ ਉਹਨਾਂ ਲੋਕਾਂ ਨੂੰ ਤਾਂ ਬਿਠਾਉਣਾ ਚਾਹੀਦਾ। ਇਹ ਨਹੀਂ ਕਰਨਾ ਚਾਹੀਦਾ ਵੀ ਆਪਾਂ ਲੋਕਾਂ ਨੂੰ ਹਰਾਸਮੈਂਟ ਕਰੀਏ ਜਾਂ ਕੋਈ ਥੋੜ੍ਹੀ ਜਿਹੀ ਨਿੱਕੀ ਨੈਗੇਟਿਵ ਗੱਲ ਫੜ ਕੇ ਅਤੇ ਉਹਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰੀਏ। ਸਰ, ਪਰ ਕਨੈਕਟਰ ਤਾਂ ਇਹ ਗੱਲ ਕਹਿ ਰਹੇ ਨੇ, ਜਿਹੜੇ ਬੱਸ ਕਨੈਕਟਰ ਨੇ ਸਰਕਾਰੀ ਬੱਸਾਂ ਦੇ, ਉਹ ਕਹਿੰਦੇ ਵੀ ਜੇਕਰ ਸਵਾਰੀਆਂ ਅਸੀਂ ਵਧਾਉਣਾ ਕੋਈ 19-21 ਗੱਲ ਹੋ ਗਈ ਤਾਂ ਸਾਡੇ 'ਤੇ ਪੈਣੀ ਹੈ। ਨਹੀਂ, ਅੱਗੇ ਕਿੰਨੇ ਕੁ ਉਹਨਾਂ 'ਤੇ ਕਾਰਵਾਈਆਂ ਹੋਈਆਂ, ਜਿਹੜੇ ਕਨੈਕਟਰ ਨੇ ਕਿੰਨੀਆਂ ਕਾਰਵਾਈਆਂ ਹੋਈਆਂ ਉਹਨਾਂ 'ਤੇ? ਸਰ, ਤੁਸੀਂ 52 ਸਵਾਰੀਆਂ ਬਿਠਾਉਣ ਤੋਂ 52 ਤੋਂ ਵੱਧ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੰਦੇ ਹੋ? ਵੇਖੋ, ਜੋ ਕਾਨੂੰਨ ਹੈ ਕਾਨੂੰਨ ਅਨੁਸਾਰ ਚੱਲਣਾ ਹੁੰਦਾ। ਮੈਂ ਅੱਗੇ ਵੀ ਗੱਲ ਕਹੀ ਆ ਵੀ ਕਿਸੇ ਵੇਲੇ ਕਿਸੇ ਦਾ ਕੋਈ ਜੀ ਬਿਮਾਰ ਹੁੰਦਾ, ਤੁਸੀਂ ਕਿਤੇ ਮੰਜ਼ਿਲ 'ਤੇ ਪਹੁੰਚਣਾ ਹੋਵੇ ਛੇਤੀ, ਕੋਈ ਇੰਟਰਵਿਊ ਕਰਨੀ ਹੋਵੇ ਤੁਹਾਨੂੰ ਛੇਤੀ ਹੋਵੇ, ਅਤੇ ਜੇ ਇਹੋ ਜਿਹੀ ਕੋਈ ਕਿਸੇ ਦੀ ਵਜ੍ਹਾ ਵਾ ਤਾਂ ਚੜਾਉਣਾ ਵੀ ਚਾਹੀਦਾ। ਇਹੋ ਜਿਹੀ ਕੋਈ ਏਡੀ ਵੱਡੀ ਗੱਲ ਨਹੀਂ, ਇਸ਼ੂ ਨਹੀਂ ਬਣਾਉਣਾ ਚਾਹੀਦਾ।